ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਚਲਾਏ ਜਾ ਰਹੇ ਕਾਸੋ ਆਪਰੇਸ਼ਨ ਤਹਿਤ ਗੜਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਵਿਖੇ DSP ਸਤਨਾਮ ਸਿੰਘ ਅਤੇ ਗੁਰਿੰਦਰਜੀਤ ਸਿੰਘ ਨਾਗਰਾ SHO ਗੜਸ਼ੰਕਰ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰਦਿਆਂ ਘਰਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ DSP ਸਤਨਾਮ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਸੋ ਆਪਰੇਸ਼ਨ ਚਲਾ ਕੇ ਨਸ਼ੇ ਨਾਲ ਜੁੜੇ ਸ਼ੱਕੀ ਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜੁੜੇ ਸਮਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਕਾਸ ਓਪਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਥਾਣਾ ਗੜਸ਼ੰਕਰ ਵਿਖੇ ਪਿੰਡ ਦੇਨੋਵਾਲ ਖੁਰਦ ਵਿਖੇ ਵੀ SHO ਗੜਸ਼ੰਕਰ ਸਵੇਤ ਇਹ ਸਾਰਿਆਂ ਨੇ ਕਾਸ ਓਪਰੇਸ਼ਨ ਕੀਤਾ ਹੈ। ਕਾਫੀ ਸਰਚ ਵਗੈਰਾ ਕੀਤੀਆਂ ਹੈ, ਕੋਈ ਸ਼ੱਕੀ ਬੰਦੇ ਵੀ ਇਹ ਰਾਊਂਡਅਪ ਕੀਤੇ ਹੈ ਜੀ। ਅਤੇ DGP ਸਾਹਿਬ ਅਤੇ SSP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਕਾਸ ਓਪਰੇਸ਼ਨ ਚੱਲ ਰਿਹਾ ਜੀ। ਮੇਨ ਮਕਸਦ ਇਹਦਾ ਇਹ ਹੈ ਜੀ, ਨਸ਼ੇ ਨੂੰ ਜੜ੍ਹ ਤੋਂ ਐਂ ਪ੍ਰੋਪਰ ਖਤਮ ਕਰਨਾ ਹੈ, ਇਹੀ ਸਾਡਾ ਮਕਸਦ ਆ। ਇਸ ਲਈ ਇਹ ਡੇਲੀ ਕਾਸੋ ਸਰਚ ਚਲਾਏ ਜਾਂਦੇ ਆ ਅਤੇ ਅੱਗੇ ਵੀ ਚਲਾਏ ਜਾਣਗੇ। ਸਮਗਲਰਾਂ ਲਈ ਆਦੇਸ਼ ਇਹੀ ਹੈ ਜੀ, ਕੰਮ ਕਰਨਾ ਬੰਦ ਕਰ ਦੇਣ, ਬਿਲਕੁਲ ਬੰਦ ਕਰ ਦੇਣ, ਨਹੀਂ ਤਾਂ ਹੋਰ ਸਖਤੀ ਕੀਤੀ ਜਾਏਗੀ ਔਰ ਕੰਮ ਬੰਦ ਕਰਾਇਆ ਜਾਏਗਾ। ਨਸ਼ੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਨਾ ਨਸ਼ਾ ਕਰਨ ਵਾਲੇ, ਨਾ ਵੇਚਣ ਵਾਲੇ ਨੂੰ ਅਤੇ ਨਾ ਨਸ਼ਾ ਕਰਾਉਣ ਵਾਲੇ ਨੂੰ। ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਚਲਾਏ ਜਾ ਰਹੇ ਕਾਸੋ ਆਪਰੇਸ਼ਨ ਤਹਿਤ ਗੜਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਵਿਖੇ DSP ਸਤਨਾਮ ਸਿੰਘ ਅਤੇ ਗੁਰਿੰਦਰਜੀਤ ਸਿੰਘ ਨਾਗਰਾ SHO ਗੜਸ਼ੰਕਰ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰਦਿਆਂ ਘਰਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ DSP ਸਤਨਾਮ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਸੋ ਆਪਰੇਸ਼ਨ ਚਲਾ ਕੇ ਨਸ਼ੇ ਨਾਲ ਜੁੜੇ ਸ਼ੱਕੀ ਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜੁੜੇ ਸਮਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਕਾਸ ਓਪਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਥਾਣਾ ਗੜਸ਼ੰਕਰ ਵਿਖੇ ਪਿੰਡ ਦੇਨੋਵਾਲ ਖੁਰਦ ਵਿਖੇ ਵੀ SHO ਗੜਸ਼ੰਕਰ ਸਵੇਤ ਇਹ ਸਾਰਿਆਂ ਨੇ ਕਾਸ ਓਪਰੇਸ਼ਨ ਕੀਤਾ ਹੈ। ਕਾਫੀ ਸਰਚ ਵਗੈਰਾ ਕੀਤੀਆਂ ਹੈ, ਕੋਈ ਸ਼ੱਕੀ ਬੰਦੇ ਵੀ ਇਹ ਰਾਊਂਡਅਪ ਕੀਤੇ ਹੈ ਜੀ। ਅਤੇ DGP ਸਾਹਿਬ ਅਤੇ SSP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਕਾਸ ਓਪਰੇਸ਼ਨ ਚੱਲ ਰਿਹਾ ਜੀ। ਮੇਨ ਮਕਸਦ ਇਹਦਾ ਇਹ ਹੈ ਜੀ, ਨਸ਼ੇ ਨੂੰ ਜੜ੍ਹ ਤੋਂ ਐਂ ਪ੍ਰੋਪਰ ਖਤਮ ਕਰਨਾ ਹੈ, ਇਹੀ ਸਾਡਾ ਮਕਸਦ ਆ। ਇਸ ਲਈ ਇਹ ਡੇਲੀ ਕਾਸੋ ਸਰਚ ਚਲਾਏ ਜਾਂਦੇ ਆ ਅਤੇ ਅੱਗੇ ਵੀ ਚਲਾਏ ਜਾਣਗੇ। ਸਮਗਲਰਾਂ ਲਈ ਆਦੇਸ਼ ਇਹੀ ਹੈ ਜੀ, ਕੰਮ ਕਰਨਾ ਬੰਦ ਕਰ ਦੇਣ, ਬਿਲਕੁਲ ਬੰਦ ਕਰ ਦੇਣ, ਨਹੀਂ ਤਾਂ ਹੋਰ ਸਖਤੀ ਕੀਤੀ ਜਾਏਗੀ ਔਰ ਕੰਮ ਬੰਦ ਕਰਾਇਆ ਜਾਏਗਾ। ਨਸ਼ੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਨਾ ਨਸ਼ਾ ਕਰਨ ਵਾਲੇ, ਨਾ ਵੇਚਣ ਵਾਲੇ ਨੂੰ ਅਤੇ ਨਾ ਨਸ਼ਾ ਕਰਾਉਣ ਵਾਲੇ ਨੂੰ।